ਮੋਬਾਈਲ ਗੇਮ ਦੇ ਚੱਕਰ 'ਚ ਆਸ਼ਿਕ ਨਾਲ ਮਹਿਲਾ ਹੋਈ ਫਰਾਰ, ਪਿੱਛੇ ਛੱਡ ਗਈ ਪਤੀ ਤੇ ਦੋ ਬੱਚੇ। ਇੱਕ ਸਾਲ ਤੋਂ ਮਹਿਲਾ ਨੂੰ ਲੱਭ ਰਿਹਾ ਪਰਿਵਾਰ। ਤਾਂ ਦੱਸ ਦੇ ਕਿ ਇੱਕ ਮਹਿਲਾ ਫ੍ਰੀ ਫਾਇਰ ਗੇਮ ਖੇਡਣ ਦੀ ਸ਼ੌਕੀਨ ਸੀ ਤੇ ਗੇਮ 'ਚ ਬਣੇ ਆਪਣੇ ਆਸ਼ਿਕ ਦੇ ਨਾਲ ਹੁਣ ਪਰਿਵਾਰ ਨੂੰ ਛੱਡ ਕੇ ਇਹ ਮਹਿਲਾ ਫਰਾਰ ਹੋ ਗਈ ਹੈ ਤੇ ਆਪਣੇ ਪਿੱਛੇ ਇਹ ਪਤੀ ਅਤੇ ਦੋ ਬੱਚੇ ਛੱਡ ਗਈ ਹੈ। ਤਾਂ ਪਰਿਵਾਰ ਕਰੀਬ ਇੱਕ ਸਾਲ ਤੋਂ ਇਸ ਮਹਿਲਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹਾਲੇ ਤੱਕ ਇਸਦਾ ਕੋਈ ਵੀ ਪਤਾ ਨਹੀਂ ਲੱਗਿਆ। ਤਾਂ ਦੱਸ ਦਈਏ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਮੋਬਾਈਲ ਗੇਮ ਨੇ ਹੱਸਦਾ ਖੇਡਦਾ ਪਰਿਵਾਰ ਉਜਾੜ ਦਿੱਤਾ ਹੈ। ਇਸ ਸੰਬੰਧੀ ਸ਼ਖਸ ਨੇ ਦੱਸਿਆ ਕਿ ਉਸਦਾ ਵਿਆਹ 2011 ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਮੂਣਕ ਦੀ ਰਹਿਣ ਵਾਲੀ ਅਨੀਤਾ ਕੌਸ਼ਿਕ ਦੇ ਨਾਲ ਹੋਇਆ ਸੀ ਅਤੇ ਸਭ ਠੀਕ ਠਾਕ ਚੱਲ ਰਿਹਾ ਸੀ ਅਤੇ ਉਸਦੇ ਦੋ ਮੁੰਡੇ ਨੇ ਅਤੇ 2020 ਦੇ ਵਿੱਚ ਅਨੀਤਾ ਨੂੰ ਮੋਬਾਈਲ ਗੇਮ ਖੇਡਣ ਦਾ ਸ਼ੌਂਕ ਪੈ ਗਿਆ ਅਤੇ ਉਹ ਰੋਜ਼ਾਨਾ ਮੋਬਾਈਲ ਦੇ ਵਿੱਚ ਫ੍ਰੀ ਫਾਇਰ ਗੇਮ ਖੇਡਦੀ ਸੀ। ਤਾਂ ਇਸੇ ਦੌਰਾਨ ਉਸਦੀ ਕਿਸੇ ਮੁੰਡੇ ਦੇ ਨਾਲ ਦੋਸਤੀ ਹੋ ਗਈ ਅਤੇ ਫਿਰ ਉਹ ਬਿਨਾਂ ਦੱਸੇ ਘਰ ਤੋਂ ਚਲੀ ਗਈ ਅਤੇ ਹਾਲੇ ਤੱਕ ਉਸਦਾ ਕੋਈ ਵੀ ਪਤਾ ਨਹੀਂ ਲੱਗਿਆ। ਤਾਂ ਇੱਕ ਸਾਲ ਹੋ ਗਿਆ ਅਤੇ ਇੱਕ ਸਾਲ ਤੋਂ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸ਼ਖਸ ਨੇ ਦੱਸਿਆ ਕਿ ਉਸਦੇ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਵੀ ਲਿਖਤ ਸ਼ਿਕਾਇਤ ਹੈ ਜਿਹੜੀ ਦਰਜ ਕਰਵਾਈ ਗਈ ਸੀ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਦੋਨੋਂ ਬੱਚੇ ਆਪਣੀ ਮਾਂ ਨੂੰ ਯਾਦ ਕਰਦੇ ਰੋਂਦੇ ਨੇ। ਤਾਂ ਸ਼ਖਸ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸਦੀ ਪਤਨੀ ਨੂੰ ਜਲਦ ਤੋਂ ਜਲਦ ਲੱਭ ਕੇ ਦਿੱਤਾ ਜਾਵੇ। ਵਾਈਫ ਕਦੋਂ ਤੋਂ ਲਾਪਤਾ? ਇੱਕ ਸਾਲ ਤੋਂ। ਕੀ ਨਾਮ ਹੈ ਪਤਨੀ ਤੁਹਾਡੀ ਦਾ? ਅਨੀਤਾ ਕੌਸ਼ੀ। ਕਿਹੜੇ ਸੰਚ ਤੁਹਾਡਾ ਵਿਆਹ ਹੋਇਆ ਸੀ ਔਰ ਬੱਚੇ ਕਿੰਨੇ ਤੁਹਾਡੇ? ਮੇਰਾ 2011 ਵਿੱਚ ਮੈਰਿਜ ਹੋਈ ਹੈ, 14 ਸਾਲ ਹੋ ਗਿਆ ਅਤੇ ਦੋ ਬੇਟੇ ਆ ਮੇਰੇ। ਕੀ ਲੱਗਦਾ ਦੱਸਿਆ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸ ਵਿੱਚ ਤੁਹਾਡਾ ਘਰ ਉਜੜ ਗਿਆ? ਹਾਂਜੀ। ਕੀ ਹੋਇਆ ਸੀ ਪੂਰਾ ਮਾਮਲਾ? ਫ੍ਰੀ ਫਾਇਰ ਗੇਮ ਖੇਡਦੀ ਸੀਗੀ, ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਆ ਉਹ ਇਹਦੇ ਵਿੱਚ ਆਇਆ ਅਤੇ ਉਹਨੇ ਆਪਣੇ ਝਾਂਸੇ ਵਿੱਚ ਲਿਆ ਅਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਅਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਅਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ। ਅਤੇ ਕਦੀ ਤੁਸੀਂ ਪੁਲਿਸ ਸਟੇਸ਼ਨ 'ਚ ਕਿਤੇ ਹੋਰ ਇਹਦੀ ਕੰਪਲੇਂਟ ਕੀਤੀ ਸੀਗੀ ਇੱਕ ਸਾਲ ਵਿੱਚ ਕਿਤੇ? ਹਾਂਜੀ, ਅਸੀਂ ਉਹਦੇ ਨਾਲ ਕੰਪਲੇਂਟਾਂ ਬਹੁਤ ਕੀਤੀਆਂ। ਅਸੀਂ ਮਕੇਰੀਆਂ, ਦਸੂਆ, ਹੁਸ਼ਿਆਰਪੁਰ ਤੱਕ ਅਸੀਂ SSP ਤੱਕ ਅਸੀਂ ਕੰਪਲੇਂਟਾਂ ਪਾਈਆਂ ਅਤੇ ਸਾਡਾ ਕੋਈ ਹੱਲ ਨਹੀਂ, ਕੋਈ ਕੁਛ ਨਹੀਂ ਹੋਇਆ ਸਾਡਾ, ਨਹੀਂ ਹੋਇਆ ਅਤੇ ਹਜੇ ਤੱਕ ਵੀ ਅਸੀਂ ਦੌੜ ਭੱਜ ਰਹੇ ਹਾਂ। ਸਾਡੇ ਤੱਕ ਹਾਲੇ ਤੱਕ ਕੋਈ ਰਸਤਾ ਨਹੀਂ ਨਿਕਲਿਆ, ਨਾ ਮਰੀ ਨਾ ਜਿੰਦੀ, ਸਾਨੂੰ ਕੁਛ ਨਹੀਂ ਪਤਾ। ਤੁਹਾਡੀ ਵਾਈਫ ਨਾਲ ਕੁਛ ਮਿਸਹੈਪਨਿੰਗ ਵੀ ਹੋਈ ਹੋ ਸਕਦੀ ਹੈ? ਹੁਣ ਇਹਦਾ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ, ਪ੍ਰਸ਼ਾਸਨ ਕੁਛ ਨਹੀਂ ਦੱਸ ਰਿਹਾ ਸਾਨੂੰ। ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਵੀ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਰ। ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਵੀ ਕਲਾਸ 'ਚ ਪੜ੍ਹਦੇ ਜੀ? ਇੱਕ 7 ਅਤੇ ਇੱਕ 8। ਅਤੇ ਬੱਚੇ ਮਾਂ ਤੋਂ ਵਗੈਰਾ ਕਿਸ ਤਰ੍ਹਾਂ? ਬਹੁਤ ਪਰੇਸ਼ਾਨ ਆ ਬੱਚੇ, ਯਾਦ ਕਰਦੇ ਆਪਣੀ ਮਾਂ ਨੂੰ, ਉਹਦੀ ਫੋਟੋ ਦੇਖ ਦੇਖ ਕੇ ਦੁਖੀ ਹੁੰਦੇ ਆ, ਰਾਤ ਨੂੰ ਰੋਂਦੇ ਆ। ਸਾਡੇ ਮੋਬਾਈਲ ਗੇਮ ਨੇ ਘਰ ਉਜਾੜਿਆ, ਗੇਮ ਖੇਡਦੀ ਸੀਗੀ ਤੁਹਾਡੀ ਬਹੂ? ਹਾਂਜੀ। ਕੀ ਨਾਮ ਸੀ ਬਹੂ ਦਾ? ਅਨੀਤਾ ਕੌਸ਼ਿਸ਼। ਕਦੋਂ ਤੋਂ ਲਾਪਤਾ ਹੋਈ ਘਰ ਔਰ ਕਿਸ ਤਰ੍ਹਾਂ ਗੇਮ 'ਚ ਇਹ ਪਈ? ਇਹ ਪਤਾ ਨਹੀਂ ਕਿੱਦਾਂ ਉਹਨਾਂ ਗੇਮ ਕੱਢ ਲਈ, ਕਿੱਦਾਂ ਨਹੀਂ, ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨਹੀਂ। ਉਸ ਗੇਮ 'ਚ ਕੀ ਖੇਡਦੇ ਸੀ? ਉਸ ਫ੍ਰੀ ਫਾਇਰ ਖੇਡਦੀ ਸੀਗੀ, ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀਗੀ। ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ, ਕਹਿੰਦੇ ਫ੍ਰੀ ਫਾਇਰ ਹੈ। ਉਹਦੇ ਵਿੱਚ ਤੁਹਾਡੀ ਬਹੂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ? ਹਾਂ। ਕਿਸੇ ਮੁੰਡੇ ਦੇ ਸੰਪਰਕ 'ਚ ਆਈ ਸੀ ਉਹਦੇ 'ਚ? ਹਾਂ, ਆਏ ਸੀਗੀ, ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਅਤੇ ਉਹਦੇ ਅਸੀਂ ਸੀਗੀ
ਤੇ ਉਹ ਅਸੀਂ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਸਾਰਾ ਕੁਛ ਦੱਸਿਆ ਮੁੰਡੇ ਨੇ, ਕਹਿੰਦਾ ਫਿਰ ਇਹਨੂੰ ਦੱਸਿਆ ਸਾਰਾ ਕੁਛ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਛ ਵੀ ਹੈਗੀ ਮਾੜੀ ਮੋਟੀ, ਤੇ ਮੈਨੂੰ ਤੰਗ ਕਰਦਾ ਮਤਲਬ। ਹਾਂ ਬਹੂ ਨੇ ਮੈਨੂੰ ਦੱਸਿਆ, ਹੁਣ ਸਾਲ ਹੋ ਗਿਆ, ਸਾਲ ਤੋਂ ਕੁਛ ਪਤਾ ਨਹੀਂ। ਨਹੀਂ ਸਾਨੂੰ ਕੁਛ ਨਹੀਂ ਪਤਾ, ਸਾਰੇ ਪਾਸੇ ਘੁੰਮ ਘੰਮ ਕੇ ਅਸੀਂ ਘਰ ਬੈਠ ਗਏ। ਹੁਣ ਮੁੰਡੇ ਦੇ ਬੱਚੇ ਤਾਂ ਬਹਿੰਦੇ ਨਹੀਂ, ਹੁਣ ਮੈਂ ਵੀ ਕਿਤੇ ਕਿੰਨੀ ਕੁ ਜਾਵਾਂ, ਕਿੰਨੀ ਕੁ ਦੌੜਾਂ, ਕਿਉਂਕਿ ਮੈਂ ਬਿਮਾਰ ਰਹਿੰਦੀ ਹੈ, ਬੱਚੇ ਵੀ ਸਾਹਮਣੇ ਸਕੂਲੋਂ ਵੀ ਆਉਂਦੇ, ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ, ਰੋਟੀ ਪਾਣੀ ਵੀ ਕਰਨਾ। ਅਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਕੀ ਆਸ਼ਵਾਸਨ ਮਿਲਦਾ ਤੁਹਾਨੂੰ? ਸਾਨੂੰ ਕੁਛ ਨਹੀਂ ਮਿਲਦਾ ਪਿਆ, ਸਾਨੂੰ ਕੁਛ ਨਹੀਂ ਮਿਲਦਾ ਪਿਆ ਵੀ ਅਸੀਂ ਇੰਨੇ ਰੋ ਕੇ ਵੀ ਦੇਖ ਲਿਆ, ਸਭ ਕੁਛ ਹੱਥ ਵੀ ਗਿੜਗਿੜਾ ਕੇ ਵੀ ਦੇਖ ਲਿਆ, ਅਸੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ, ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ। ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਇਹ ਕਰਦੇ ਹਾਂ ਵੀ ਜੇ ਕਿਤੇ ਹੈਗੀ ਹੈ ਮਰੀ ਜਿੰਦੀ ਕਿਤੇ ਵੀ ਹੈਗੀ ਹੈ ਵੀ ਸਾਡੇ ਪੇਸ਼ ਕਰੋ, ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾਓ, ਉਹਦੀ ਮਰਜ਼ੀ ਹੈ ਜਾਣਾ ਜਾਏ, ਜੇ ਬੱਚਿਆਂ 'ਚ ਰਹਿਣੇ ਚਾਹੁੰਦੀ ਹੈ ਰਹੇ, ਅਸੀਂ ਰੱਖਣ ਨੂੰ ਤਿਆਰ ਹੈ।